नकोदर हल्के दे लोकां दे नाल विश्वासघात करन वाले कांग्रेस नूं मैं दसना चाहुंदा कि डॉक्टर नवजोत सिंह दहिया जी जिहड़े शाहकोट हल्के नूं बिलोंग करदे आ और कैंडीडेट जिहड़े आ कैंट नूं अप्लाई करन वालियां नूं मझधार दे विच फसा के नकोदर हल्के तों सीट दित्ती गई। पैराशूट जिहड़ा उम्मीदवार ਐਲਾਨਿਆ ਗਿਆ ਨਕੋਦਰ ਹਲਕੇ ਤੋਂ, ਮੈਂ ਉਹਦਾ ਕੰਡੈਮਡ ਕਰਦਾ ਔਰ ਵਿਰੋਧ ਕਰਦਾ ਔਰ ਮੈਂ ਕਾਂਗਰਸ ਪਾਰਟੀ ਨੂੰ ਕਹਿਣਾ ਚਾਹੁੰਦਾ ਕਿ ਇਹ ਸੀਟ ਬਦਲੀ ਜਾਵੇ ਔਰ ਮੈਂ ਐਜ਼ ਏ ਕਾਂਗਰਸ ਲੀਡਰ ਯੂਥ ਲੀਡਰ ਜਿਹੜਾ ਉੱਥੇ ਵਰਕ ਕਰ ਰਿਹਾ ਸੀਗਾ ਨਕੋਦਰ ਹਲਕੇ ਤੋਂ, ਮੈਨੂੰ ਟਿਕਟ ਦਿੱਤੀ ਜਾਵੇ ਨਹੀਂ ਤਾਂ ਮੈਂ ਉਹਦਾ ਨਕੋਦਰ ਹਲਕੇ ਦੇ ਵਿੱਚ ਵਿਰੋਧ ਕਰਾਂਗਾ। ਮੈਂ ਹੀ ਨਹੀਂ, ਪੂਰਾ ਨਕੋਦਰ ਹਲਕਾ ਉਹਦਾ ਵਿਰੋਧ ਕਰੇਗਾ। ਉਹਦਾ ਰੀਜ਼ਨ, ਜਨਰਲ ਕੈਟਾਗਰੀ ਦਾ ਕਮਿਸ਼ਨ ਦਾ ਚੇਅਰਮੈਨ 3 ਹਫ਼ਤੇ ਪਹਿਲਾਂ ਉਹਨੂੰ ਲਾਇਆ ਗਿਆ ਕਿ ਇਹ ਵੱਡਾ ਅਹੁਦਾ ਨਹੀਂ ਸੀ, ਸੰਵਿਧਾਨਿਕ ਅਹੁਦਾ ਆ। ਉਹਨੂੰ ਦਰਕਿਨਾਰ ਕਰਦੇ ਹੋਏ ਪਾਰਟੀ ਹਾਈਕਮਾਨ ਨੇ ਥਾਲੀ ਦੇ ਵਿੱਚ ਪਰੋਸ ਕੇ ਉਹਨੂੰ ਨਕੋਦਰ ਹਲਕੇ ਦੀ ਟਿਕਟ ਦਿੱਤੀ। ਮੈਂ ਕੰਡੈਮਡ ਕਰਦਾ ਔਰ ਨਕੋਦਰ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਨਕੋਦਰ ਵਾਲਿਓ ਡਾਕਟਰ ਨਵਜੋਤ ਦਹੀਏ ਦਾ ਬਹਿਸ਼ਕਾਰ ਕਰੋ, ਉਹਨੂੰ ਕੰਟੈਂਪਟ ਕਰੋ, ਉਹਨੂੰ ਵੋਟ ਜਿਹੜੀ ਆ ਬਿਲਕੁਲ ਨਹੀਂ ਪਾਉਣੀ। ਔਰ ਅਸੀਂ ਸਾਰੇ ਮਿਲ ਕੇ ਜਿੰਨੇ ਵੀ ਮੇਰੇ ਸਰੋਤੇ ਆ, ਜਿੰਨੇ ਵੀ ਮੇਰੇ ਦੋਸਤ ਆ, ਜਿੰਨੇ ਮੇਰੇ ਸਪੋਰਟਰ ਆ, ਉਹਨਾਂ ਨੂੰ ਬੇਨਤੀ ਕਰਦਾ ਕਿ ਫਟਾਫਟ ਇਹਨੂੰ ਕੰਡੈਮਡ ਕਰੋ ਤਾਂ ਕਿ ਪਾਰਟੀ ਹਾਈਕਮਾਂਡ ਜਿਹੜੀ ਆ ਉਹ ਟਿਕਟ ਜਲਦੀ ਤੋਂ ਜਲਦੀ ਬਦਲ ਸਕੇ ਔਰ 10 ਸਾਲ ਤੋਂ ਲਵਾਰਿਸ ਜਿਹੜੀ ਆ ਨਕੋਦਰ ਕਾਂਗਰਸ ਨੂੰ ਜਿਹੜੀ ਲਵਾਰਿਸ ਛੱਡਿਆ ਗਿਆ ਉਹਨੂੰ ਮੁੜ ਤੋਂ ਫਿਰ ਦੁਬਾਰਾ ਨਕੋਦਰ ਹਲਕੇ ਦੇ ਕੈਂਡੀਡੇਟ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ ਤਾਂ ਕਿ ਨਕੋਦਰ ਹਲਕਾ ਜਿਹੜਾ ਆ ਵਿਕਾਸ ਦੀ ਗਤੀ 'ਤੇ ਅੱਗੇ ਵੱਧ ਸਕੇ।